ਹਾਂਜੀ ਸਤਿ ਸ਼੍ਰੀ ਅਕਾਲ ਵੀਰੋ, ਸਵਾਗਤ ਹੈ ਤੁਹਾਡਾ ਸਾਡੇ ਯੂਟਿਊਬ ਚੈਨਲ ਟਰੈਕਟਰ ਮਾਫੀਆ ਵਿੱਚ, ਅਤੇ ਮੈਂ ਤੁਹਾਡਾ ਹੋਸਟ ਮਠਾੜੂ ਸਾਡੇ ਚੈਨਲ ਵਿੱਚ ਬਹੁਤ ਬਹੁਤ ਸਵਾਗਤ ਕਰਦਾ ਹਾਂ। ਦੋਸਤੋ, ਪਿਛਲੇ ਦਿਨੀ ਪਈ ਬਰਸਾਤ ਕਈਆਂ ਵੀਰਾਂ ਲਈ ਤਾਂ ਚੰਗੀ ਹੋਵੇਗੀ, ਅਤੇ ਪਰ ਕਿਸਾਨਾਂ ਲਈ ਜਿਹੜੀ ਇਹ ਬਰਸਾਤ ਆ ਜੀ, ਬੇਮੌਸਮੀ ਬਰਸਾਤ ਆ, ਬਹੁਤ ਮਾੜੀ ਸਿੱਧ ਹੋ ਗਈ ਹੈ। ਹਾਂਜੀ, ਜ਼ਿਲ੍ਹਾ ਰੂਪਨਗਰ ਵਿੱਚ ਪਿਛਲੇ ਦਿਨੀ ਜਿਹੜੀ ਬਰਸਾਤ ਹੋਈ ਹੈ ਜੀ, ਉਹਨੇ ਕਣਕ ਦੀਆਂ ਜਿਹੜੀਆਂ ਫਸਲਾਂ ਪੱਕੀਆਂ ਜੀ, ਉਹਨਾਂ ਦਾ ਬਹੁਤ ਜ਼ਿਆਦਾ ਨੁਕਸਾਨ ਕਰ ਦਿੱਤਾ। ਇਸ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਇਸ ਬੇਮੌਸਮੀ ਬਰਸਾਤ ਬਾਰੇ। ਅਤੇ ਇਸ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਡੇ ਅੱਗੇ ਇੱਕ ਪਿਆਰੀ ਜੀ ਗੁਜ਼ਾਰਿਸ਼ ਕਰਦਾ ਕਿ ਮੇਰੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਅਤੇ ਨਾਲ ਲੱਗੇ ਬੈਲ ਦੇ ਆਈਕੋਨ ਨੂੰ ਜ਼ਰੂਰ ਦਬਾ ਦਿਓ, ਤਾਂ ਕਿ ਜਿਹੜੀ ਵੀ ਅਸੀਂ ਵੀਡੀਓ ਪਾਇਆ ਕਰਾਂਗੇ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚਿਆ ਕਰੇ। ਅਤੇ ਹੁਣ ਤੁਹਾਡਾ ਬਹੁਤ ਸਮਾਂ ਲੈਂਦੇ ਹੋਏ ਜੀ, ਕਰਦੇ ਹਾਂ ਵੀਡੀਓ ਨੂੰ ਸ਼ੁਰੂ। ਪਿਛਲੇ ਦਿਨ ਸੋਮਵਾਰ ਸਵੇਰੇ ਹੋਈ ਬੇਮੌਸਮੀ ਬਰਸਾਤ, ਗੜੇਮਾਰੀ ਅਤੇ ਤੇਜ਼ ਹਨੇਰੀ ਨੇ ਜੀ ਜ਼ਿਲ੍ਹਾ ਰੂਪਨਗਰ 'ਚ ਤਿਆਰ ਕਰੀਆਂ ਕਣਕਾਂ ਨੂੰ ਖੇਤਾਂ 'ਚ ਚਾਦਰਾਂ ਦੀ ਤਰ੍ਹਾਂ ਵਿਛਾ ਦਿੱਤਾ ਹੈ, ਅਤੇ ਕਿਸਾਨਾਂ ਦੀ ਪੁੱਤਾਂ ਵਾਂਗੂ ਪਾਲੀ ਹੋਈ ਕਣਕ ਦੀ ਫਸਲ ਖੇਤਾਂ 'ਚ ਬਰਸਾਤ ਦੇ ਪਾਣੀ 'ਚ ਤਰ ਹੋ ਗਈ, ਜਿਸ ਨੂੰ ਦੇਖ ਕੇ ਕਿਸਾਨਾਂ ਦੇ ਚਿਹਰੇ ਮੁਰਝਾ ਗਏ ਹਨ। ਖੇਤਾਂ 'ਚ ਜਮ੍ਹਾਂ ਹੋਏ ਬਰਸਾਤ ਦੇ ਪਾਣੀ 'ਚ ਡੁੱਬੀ ਫਸਲ ਨੂੰ ਦੇਖ ਕੇ ਕਿਸਾਨ ਬੇਹੱਦ ਦੁਖੀ ਦਿਖਾਈ ਦਿੱਤੇ ਗਏ। ਕਿਸਾਨਾਂ ਨੇ ਦੱਸਿਆ ਕਿ ਇਸ ਗੜੇਮਾਰੀ ਅਤੇ ਬਰਸਾਤ ਕਰਕੇ ਉਹਨਾਂ ਦਾ 80% ਤੱਕ ਨੁਕਸਾਨ ਹੋ ਗਿਆ ਜੀ। ਕਿਵੇਂ? ਜਿਵੇਂ ਕਿ 100 ਚੋਂ 80% ਤੱਕ ਉਹਨਾਂ ਦੀ ਜਿਹੜੀ ਕਣਕ ਹੈ ਜੀ ਖਰਾਬ ਹੋ ਗਈ ਹੈ, ਕਿਉਂਕਿ ਜੀ ਖੇਤ ਵਿੱਚ ਪਾਣੀ ਬਹੁਤ ਜ਼ਿਆਦਾ ਖੜ੍ਹਾ, ਅਤੇ ਜਿਹੜੇ ਕਣਕ ਸਾਰੀ ਡੁੱਬ ਚੁੱਕੀ ਹੈ, ਅਤੇ ਜਿਹੜੇ ਕਣਕਾਂ ਦੇ ਨਾਲ ਨਾਲ ਜਿਹੜਾ ਜੀ ਪਸ਼ੂਆਂ ਦਾ ਚਾਰਾ ਅਤੇ ਜਿਹੜਾ ਕੋਈ ਰਾਇਆ ਵੀ ਇਸ ਬੇਮੌਸਮ ਬਰਸਾਤ ਦੀ ਜਿਹੜੀ ਪੇਟ ਚੜ੍ਹ ਗਿਆ। ਇਸ ਦੌਰਾਨ ਕਿਸਾਨਾਂ ਨੇ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ। ਜ਼ਿਕਰਯੋਗ ਹੈ ਕਿ ਜ਼ਿਲ੍ਹਾ ਰੂਪਨਗਰ 'ਚ ਹੋਈ ਬੇਮੌਸਮੀ ਬਰਸਾਤ, ਗੜੇਮਾਰੀ ਅਤੇ ਤੇਜ਼ ਹਨੇਰੀ ਨੇ ਜ਼ਿਲ੍ਹਾ ਰੂਪਨਗਰ ਦੇ 1000 ਏਕੜਾਂ 'ਚ ਤਿਆਰ ਖੜ੍ਹੀ ਕਣਕ ਦੀ ਜਿਹੜੀ ਫਸਲ ਹੈ, ਬਰਸੀਨ ਅਤੇ ਰਾਏ ਦੀ ਫਸਲ ਦਾ ਭਾਰੀ ਨੁਕਸਾਨ ਕੀਤਾ ਹੈ। ਪਰ ਹੁਣ ਦੇਖਣਾ ਹੋਵੇਗਾ ਕਿ ਪਹਿਲਾਂ ਤੋਂ ਜਿਹੜਾ ਕਰਜ਼ੇ ਦੀ ਮਾਰ ਚੱਲ ਰਹੇ ਆ ਕਿਸਾਨ, ਇਸ ਨੁਕਸਾਨ ਦਾ ਸਰਕਾਰ ਕਿੰਨਾ ਕੁ ਜਲਦੀ ਸਰਵਾਈ ਕਰਵਾ ਕੇ ਮੁਆਵਜ਼ਾ ਅਤੇ ਮੱਲਮ ਲਗਾਉਂਦੀ ਹੈ। ਪਰ ਜੇ ਕਿਸਾਨ ਵੀਰੋ ਦੇਖਿਆ ਜਾਵੇ ਤਾਂ ਸਰਕਾਰਾਂ ਇਸ ਪ੍ਰਤੀ ਕੋਈ ਐਕਸ਼ਨ ਨਹੀਂ ਲੈਂਦੀਆਂ ਗੀਆਂ, ਉਹ ਬਸ ਇਸ ਗੱਲ ਨੂੰ ਅਣਸੁਣੀ ਕਰਕੇ ਛੱਡ ਦਿੰਦੀਆਂ ਹਨ। ਪਰ ਜੇ ਕੋਈ ਵੀ ਸਰਕਾਰ ਐਕਸ਼ਨ ਲੈਂਦੀ ਹੈ ਤਾਂ ਆਪਾਂ ਆਪਣੀ ਇਸ ਚੈਨਲ ਵਿੱਚ ਜ਼ਰੂਰ ਵੀਡੀਓ ਪਾਵਾਂਗੇ ਕਿ ਕਿਸਾਨਾਂ ਦੀ ਉਹਨਾਂ ਨੇ ਕਿੰਨੀ ਕੁ ਮਦਦ ਕੀਤੀ ਹੈ। ਇਸੇ ਲਈ ਸਾਡੇ ਚੈਨਲ ਨੂੰ ਜ਼ਰੂਰ ਦੇਖਦੇ ਰਹੋ। ਧੰਨਵਾਦ ਵੀਰੋ।